ਏ ਆਕਾਸ਼ਵਨੀ ਜੰਮੂ ਨੂੰ ਤੁਸ਼ਚੰਦਰ ਕਨ ਸ਼ਰਮਾ ਕੋ ਲਖਬਰਾ ਸੁਨੋ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਮਗਾਮ ਇਲਾਕੇ ਚ ਅੱਜ ਸੁਰੱਖਿਆ ਬਲਾਂ ਨੇ ਇੱਕ ਟਾਕਰੇ ਚ ਦੋ ਅਤੰਗਵਾਦੀਆਂ ਕੀ ਮਾਰਿ ਮਕਾਇਆ ਕਸ਼ਮੀਰ ਦੇ ਆਈਜੀਪੀ ਹੋ ਰਹੇ ਦਾ ਸੇਜੇ ਚੌਥੀ ਆਰ ਰਾ ਸੀਜੀਆਰਪੀਐਫ ਤੇ ਪੁਲਿਸ ਆਸੇ ਸੰਜੇ ਤੌਰ ਉਪਰ ਚਲਾਏ ਗਏ ਇੱਕ ਅਭਿਆਨ ਚ ਇਹ ਅਤੰਗਵਾਦੀ ਮਾਰੇ ਗੇ ਇਲਾਕੇ ਚ ਅਤੰਗਵਾਦੀਆਂ ਦੀ ਮੌਜੂਦਗੀ ਬਾਰੇ ਇੱਕ ਪੱਕੀ ਸੂਥ ਹੋਣੇ ਉਪਰ ਅੱਜ ਪਰਲੇ ਮੂਨੇਰੇ ਸੁਰੱਖਿਆ ਬਲਾਂ ਨੇ ਇਲਾਕੇ ਚ ਤਲਾਸ਼ੀ ਵਾਲੀ ਕਾਰਵਾਈ ਸ਼ੁਰੂ ਕਰ ਦਿੱਤੀ ਇਸ ਦੌਰਾਨ ਸੁਰੱਖਿਆ ਬਲਾਂ ਨੇ ਘੇਰੇ 'ਚ ਫਸੇ ਦੇ ਆਤੰਕਵਾਦੀਆਂ ਦੇ ਹਥਿਆਰ ਛੋੜਨ ਲਈ ਆਖਿਆ ਪਰ ਉਹਨੇ ਸੁਰੱਖਿਆ ਬਲਾਂ ਉੱਪਰ ਫਾਇਰ ਖੋਲੀ ਦਿੱਤਾ ਜਿਹਦੇ ਮਗਰਾ ਪਖੇ ਦੇ ਟਾਕਰੇ 'ਚ ਦੋ ਆਤੰਕਵਾਦੀ ਮਾਰੇ ਗਏ ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਹੋਰ ਨੇ ਆਖਿਆ ਜੇ ਵਿਰੋਧੀ ਧੜ ਆਪਣੇ ਵੋਟ ਬੈਂਕ ਲਈ ਗਿਆ ਆਬਾਦੀ ਦੇ ਬਸਨੇ ਵਾਲੇ ਮੁੱਦੇ ਕੀ ਪੁੱਟਰਦਾ ਹੈ ਕਿ ਜੇ ਉਸੇ ਇਸ ਗੱਲਾਂ ਦਾ ਮਤਾ ਖਦਸ਼ਾ ਹੈ ਜੇ ਨਵੇਂ ਡੋਮਿਸਾਈਲ ਨਿਯਮੇ ਕਰਨੇ ਉਹ ਕਿਸੇ ਖਾਸ ਇਸ ਸੰਸ਼ਾ ਵੋਟ ਬੈਂਕ ਦਾ ਫਾਇਦਾ ਉਹਨਾਂ ਹਾਸਲ ਨਹੀਂ ਕਰ ਸਕਗ ਉਨੇ ਆਖਿਆ ਜੇ ਜੰਮੂ ਕਸ਼ਮੀਰ ਪ੍ਰਸ਼ਾਸਨ ਦੀ ਨਵੀਂ ਡੋਮੇਸਾਈਲ ਨਿਯਮੇ ਬਲਿਕ ਨੇ ਸਤਰ ਬਰੇ ਪੁਰਾਣੀ ਪੋਲ ਚ ਸੁਧਾਰ ਹੋ ਗਿਆ ਹੈ ਤੇ ਇਹ ਨਿਯਮੇ ਬਲਿ ਜੰਮੂ ਕਸ਼ਮੀਰ ਚ ਨਵਾਂ ਸਵੇਰਾ ਲਿਆਈ ਹੈ ਇਹ ਕਦਮ ਬਰੋਬਰੀ ਦੇ ਅਸੂਲੇ ਤਕਨੇ ਲੋਕਵਾਦ ਦੇ ਮਾਨ ਕੇ ਦੇ ਮੁਤਾਬਕ ਹੈ ਨਵੀਂ ਨਿਯਮੇ ਬਲਿ ਮੁਤਾਬਕ ਪੱਛਮੀ ਪਾਕਿਸਤਾਨ ਚ ਆਏ ਦੇ ਬਾਲਮਕੀ ਸਮਾਜ ਦੇ ਲੋਕ ਆਪਣੇ ਸਮੁਦਾਇਸ਼ਾ ਬਾਰੇ ਵਿਆ ਕਰਨ ਵਾਲੀ ਮਹਿਲਾ ਗੈਰ ਪंजीकृत ਕਸ਼ਮੀਰੀ ਪ੍ਰਵਾਸੀ ਤੇ ਵਿਸਤਪਿਤ ਲੋਕਾਂ ਕੀ ਪ੍ਰਸ਼ਾਸਨ ਤੌਲੇਗੇ ਮੂਲ ਨਿਵਾਸੀ ਦਾ ਦਰਜਾ ਦੇ ਦੇਗਾ ਡਾਕਟਰ ਜਤਿੰਦਰ ਸਿੰਘ ਹੋਰੇ ਇੱਕ ਟੀਵੀ ਚੈਨਲ ਕਨੇ ਗਲਵਾਚ ਆਖਿਆ ਜੇ ਜੰਮੂ ਕਸ਼ਮੀਰ ਤ੍ਰਉ ਪੀੜਿਆਂ ਕੀ ਨਿਆਂ ਤੇ ਬਰੋਬਰੀ ਕਰਨੇ ਜਿਨੇ ਦੇ ਅਧਿਕਾਰੀ ਸਾਹ ਦੂਰ ਰੱਖਿਆ ਗਿਆ ਦਾ ਹ ਉਹਨੇ ਆਖਿਆ ਜੇ ਜਿਹੜੇ ਨਿਯਮ ਲੋਕ ਨਵੇਂ ਨਿਯਮਾਂ ਦਾ ਵਿਰੋਧ ਕਰਾ ਦੇਣ ਉਹ ਇਸ આરોਪ ਦੀ ਸਹੀ ਸਾਬਤ ਕਰਾ ਦੇਣ ਜੇ ਉਹ ਪਿਛਲੇ 70 ਬਰਨਾਂ ਤੋਂ ਅਛੜੀ ਫਰ ਕੋ ਫਰਕੀ ਦੀ ਸਿਆਸਤ ਕਰ ਰਹੇ ਹੈ ਉਨੇ ਆਖਿਆ ਜੀ ਇਨੇ ਲੋਕਿੰਗ ਦੀ ਨੈਤਿਕ ਦੌਰ ਉਪਰ ਇੱਕ ਗੱਲ ਕਰਨ ਦਾ ਕੋਈ ਹੱਕ ਨਹੀਂ ਹੈ ਕਿ ਜੇ ਇਨੇ ਲੋਕਿੰਗ ਹੈ ਕਸ਼ਮੀਰਵਾਦੀ ਥਾ ਮ ਕਸ਼ਮੀਰੀ ਪੰਡਤ ਸਮੁਦਾਇ ਦੇ ਵਿਸਾਪਨ ਦੇ ਮੌਕੇ ਉਪਰ ਚੁੱਪੀ ਬਣਾਈ ਰੱਖੀ ਦੀ ਉਨੇ ਆਖਿਆ ਜੀ ਇਹ ਵਿਦਮਨ ਹੈ ਜੇ ਇਹ ਲੋਕ ਆਪੁੰਗੈ ਰਲਿਮਿਲੀ ਦੀ ਸੰਸਕ੍ਰਿਤੀ ਕੀ ਨੁਕਸਾਨ ਪਜਾਨੇ ਵਾਲਿਆਂ ਚ ਸ਼ਾਮਲ ਨ ਕਿ ਜੇ ਕਸ਼ਮੀਰ ਚ ਕਸ਼ਮੀਰੀ ਲੋਕਾਂ ਦੇ ਉਹਨੇ ਕਰਨਗੇ ਰਲਿਮਿਲੀ ਦੀ ਸੰਸਕ੍ਰਿਤੀ ਜ਼ਿੰਦਾ ਰਹਿ ਸਕਦੀ ਹੈ ईद उल फितर ਦਾ ਤਿਯਾਰ ਅੱਜ ਸਾਰੇ ਦੇਸ਼ਾਂ 'ਚ ਮਨਾਇਆ ਜਾ ਰਿਹਾ ਹੈ ਰਮਜ਼ਾਨ ਦੇ ਪਵਿੱਤਰ ਮਹੀਨੇ ਦੇ ਮੁਕਨੇ ਉਪਰ ਇਹ ਤਿਯਾਰ ਮਨਾਇਆ ਜਾਂਦਾ ਹੈ ਜੰਮੂ ਕਸ਼ਮੀਰ ਤੇ ਕੇਰਲ 'ਚ ਈਦ ਕੱਲ ਮਨਾਈ ਗਈ ਸੀ ਦਿੱਲੀ ਦੀ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਸੈਦ ਅਹਿਮਦ ਬੁਖਾਰੀ ਹੋਰੇ ਆਖਿਆ ਜੇ ਮੌਜੂਦਾ ਸਮੇਂ 'ਚ ਸਾਰੀ ਇਨਸਾਨੀਅਤ ਕੀ ਕੋਰੋਨਾ ਵਾਇਰਸ ਦੇ ਸੰਕਰਦ ਦਾ ਸਾਹਮਣਾ ਕਰਨਾ ਪਵਰਦਾ ਹੈ ਉਹਨੇ ਲੋਕਾਂ ਕੀ ਅਪੀਲ ਕੀਤੀ ਹੈ ਜੇ ਲਾਕਡਾਊਨ ਦੀਆਂ ਸਰਕਾਰੀ ਇਹਦਾਇਤਾਂ ਦੀ ਖਰੀ ਚਾਲੀ ਪਾਲਮਕਰਨ ਤੇ ਜਿਹਾਂ ਅਜੇ ਢੋੜੀ ਲਾਕਡਾਊਨ ਦੌਰਾਨ ਆਪਣੇ ਘਰੇ ਥਮਾਂਗੇ ਨਮਾਜ਼ ਅਦਾ ਕਰਦੇ ਆਏ ਨੇ ਇਆਂ ਗੇ ਹੁਣ ਵੀ ਕੋਈ ਵੀ ਪਰੇਸ਼ਾਨੀ ਕੁਸਾਗੀ ਨਹੀਂ ਚੱਲ ਨਹੀਂ ਪਵੇ ਖੁਸ਼ਬਾ ਇਹ ਪਹਿਲੀ ਵਾਰੀ ਹੈ ਜਿਸ ਲਈ ਦੇਸ਼ਾਂ ਦੇ ਮਸਜਿਦਾਂ ਤੇ Eid ਗਾਇੰਚ ਕਿਥੋ ਇਹ ਨਮਾਜ਼ ਅਦਾ ਨਹੀਂ ਕੀਤੀ ਜਾ ਰਹੀ ਕੀ ਜੇ ਕੋਵਿਡ 19 ਮਹਾਮਾਰੀ ਕਾਰਨ ਬਣੇ ਦੇ ਅਲਾਚ ਸਾਰੀ ਧਾਰਮਿਕ ਥਾਰਿਆਂ ਪਰ ਲੋਕਾਂ ਦੇ ਇਕੱਠਾ ਹੋਣੇ ਪਰ ਬੰਦੀਸ਼ਾਂ ਅੱਗੇ ਲਾਈ ਕੀਤੀ ਦੀ ਇੰਗਰੀਆਂ ਤਾਂ ਜੇ ਕਰੋਨਾ ਵਾਇਰਸ ਕੀ ਫੈਲਣੇ ਥਮਾ ਰੋਕੇ ਜਾਇ ਸਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਉਪਰਾਸ਼ਟਰਪਤੀ ਬੈਂਕਈਆ ਨਾਇਰੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਈਦੁਲ ਫਿਤਰੋ ਪਰ ਦੇਸ਼ਵਾਸੀਆਂ ਕੀ ਸ਼ੁਭਕਾਮਨਾ ਦਿੱਤੀਆਂ ਨੇ ਰਾਸ਼ਟਰਪਤੀ ਹੋਰੇ ਈਦ ਦੇ ਤਿਹਾਰ ਕੀ ਇਰਕ ਪ੍ਰੇਮ ਸ਼ਾਂਤੀ ਭਾਇਚਾਰੇ ਤੇ ਸੋਹਾਰਦ ਦਾ ਪ੍ਰਤੀਕ ਦੱਸਿਆ ਹੈ ਸ਼੍ਰੀ ਕੋਵਿੰਦ ਹੋਰੇ ਲੋਕਾਂ ਕੀ ਕੋਵਿਡ 19 ਦੇ ਸੰਕਟ ਚ ਮਨੁੱਖੀ ਸੇਵਾ ਦੀ ਭਾਵਨਾ ਕੀ ਔਰ ਨਿਗਰ ਬਣਾਉਣੇ ਦਾ ਆਹਵਾਨ ਕੀਤਾ ਹੈ ਉਪਰਾਸ਼ਪਤੀ ਐਮ ਵੈਂਕਈ ਨਾਇਡੂ ਨੇ ਆਖਿਆ ਜੇ Eid ਦਾ ਤਿਹਾੜ ਸਮਾਜ ਚ ਦਇਆ-ਦਾਨ ਤੇ ਦੂਹੇ ਚ ਭਲਾਈ ਦੀ ਭਾਵਨਾ ਕੀ ਮਜ਼ਬੂਤ ਕਰਦਾ ਹੈ। ਸ਼੍ਰੀ ਨਾਇਡੂ ਨੇ ਆਖਿਆ ਜੇ ਸੰਕਟ ਦੀ ਇਸ ਘੜੀ ਚ ਲੋਕਾਂ ਕੀ ਕੋਈ ਵੀ ਤੀਜਰ ਸਮਾਜਿਕ ਦੂਰੀ ਤੇ ਸਫਾਈ ਦੇ ਨਿਯਮੇ ਦੀ ਪਾਲਣ ਕਰਦੇ ਹੋਏ ਮਨਾਣਾ ਚਾਹੀਦਾ ਹੈ। ਉਹਨੇ ਮੇਜ ਜਿਤਾਈ ਜੇ Eid ਦਾ ਇਹ ਪਵਨ ਤਿਹਾੜ ਸਾਰੇ ਲੋਕਾਂ ਕੀ ਚ ਦਇਆ ਤੇ ਇੱਕ ਦੂਜੇ ਪ੍ਰਤੀ ਦਇਆ ਤੇ ਇੱਜ਼ਤ ਮਾਨਣ ਦੀ ਭਾਵਨਾ ਕੀ ਲਈਏ ਮਨਾਇਆ ਜਾਗ। ਪ੍ਰਧਾਨ ਮੰਤਰੀ ਨਰਿੰਦਰ ਮੋਦੀਓਰੇ ਈਦੁਲ ਫਿਤਰੂ ਪਰ ਦੇਸ਼ ਵਾਸੀਆਂ ਕੀ ਸ਼ੁਭ ਕਾਮਨਾ ਦਿੱਤੀਆਂ ਨੇ ਉਹਨੇ ਮੇਦਬੂਜੀ ਜੇ ਈਦ ਦੇ ਇਸ ਪਵਨ ਤਿਹਾਰ ਉਪਰ ਆਪਸੀ ਇਰਖ ਪ੍ਰੇਮ ਸ਼ਾਂਤੀ ਪਾਇ ਚਾਰੇ ਤੇ ਸੋਹਾਰਦੀ ਭਾਵਨਾ ਔਰ ਵੀ ਨਿਗਰੋਗ ਉਹਨੇ ਮੇਦ ਜਿਤਾਈ ਜੇ ਈਦ ਦਾ ਪਵਨ ਤਿਹਾਰ ਸਾਰੇ ਲੋਕ ਦਿਆ ਤੇ ਇੱਕ ਦੂਗੇ ਪ੍ਰਤੀ ਮਾਨਨ ਦੀ ਭਾਵਨਾ ਕਰਨੇ ਬੁਣਾੰਗਣ ਉਹਨੇ ਸਭਨੇ ਦੇ ਨਰੋਏ ਰੌਣੇ ਦੀ ਵੀ ਕਾਮਨਾ ਕੀਤੀ ਜੰਮੂ ਕਸ਼ਮੀਰ ਸਰਕਾਰ ਨੇ ਅਵਾਇ ਤੇ ਹੋਰ ਦੂਏ ਤਰੀਕੇ ਕਰਨੇ ਆਉਣਿਆਲੇ ਕਿਸ ਵਰਗੇ ਦੇ ਯਾਤਰੀਆਂ ਕੀ 14 ਦਿਨਾਂ ਦੇ ਪ੍ਰਸ਼ਾਸਨਿਕ ਕੁਆਰੰਟਾਈਨ ਥਮਾ ਰਾਹਤ ਦਿੱਤੀ ਹੈ। ਮੁਖ ਸਚਿਬ ਵੀ.ਆਰ. ਸੁਬ੍ਰਮਨਯਮੋਰੇ ਆਖਿਆ ਜੇ ਕੇ.ਐਸ.ਐਮ. ਮਾਮਲੇ ਚ ਮਰੀਜ਼ਾਂ ਦੀ ਵਾਪਸੀ ਉੱਪਰ ਸਿੱਧੇ ਉਨੇ ਕਰੇਂ ਚ ਜਾਂਚ ਮਗਰਾਂ ਕੋਰਾਂਟਾਈਨ ਚ ਭੇਜ ਦਿੱਤਾ ਜਾਗ ਪਰ ਜੇਕਰ ਉੰਦੇ ਚ ਕੋਵਿਡ-19 ਦੇ ਕੋਈ ਵੀ ਲੱਛਣ ਪਾਏ ਜਾਂਦੇ ਨੇ ਤਾਂ ਉਹਨੇ ਕੇ ਫੌਰਨ ਇਲਾਜ ਲਈ ਹਸਪਤਾਲਾਂ ਚ ਅੰਦਾਜ਼ਾ ਗਏ ਇਨੇ ਮਰੀਜ਼ਾਂ ਚ ਗਰਭਵਤੀ ਮਹਿਲਾ ਕੈਂਸਰ ਦੇ ਮਰੀਜ਼ ਆਪਰੇਸ਼ਨ ਮਗਰਾਂ ਹਸਪਤਾਲ ਸ਼ਾ ਪਰ ਤੋਨੇ ਆਲੇ ਡਾਇਲਿਸਿਸ ਦੇ ਮਰੀਜ਼ ਇੱਕ ਬਰੇਸ਼ਾ ਕਟ ਬਰੇਸੂ ਦੰਨੀ ਆਨੇਦਗ ਮੌਰੀਆਂ ਇਕਲੇ ਯਾਤਰਾ ਕਰਨ ਵਾਲੇ ਦਸੇ ਬਰੇਸ਼ਾ ਏਟ ਲਿਬਰੇਸੂ ਦੇ ਬੱਚੇ ਸ਼ਾਮਲਨ कोविड-19 ਕਾਰਨ ਇਸਲੇ ਬਣੇ ਦੇ ਆਲਾਚੇ ਰਿਆਸੀ ਜ਼ਿਲ੍ਹਾ ਪ੍ਰਸ਼ਾਸਨ ਨੇ ਆਰਥਿਕ ਤੌਰ ਪਰ ਕਮਜ਼ੋਰ ਤਬਕੇ ਦੀ ਮਦਦ ਲਈ ਕਿ ਇਲੇ ਕਿਤਨ ਉਹਨੇ ਕੀ مالی ਮਦਦ ਪਹਾਨੇ ਦੀਆਂ ਕੋਸ਼ਿਸ਼ਾਂ ਹੈ ਤਾਇਤ ਜ਼ਿਲ੍ਹਾ ਵਿਕਾਸ ਕਮਿਸ਼ਨਰ இந்து ਕਮਲ ਚਿਪੋਰੇ ਨੇ ਪਵਨਤੇ ਉਹਨਾਂ ਨਿਰਮਾਣ ਕੰਮ ਵਿੱਚ ਲੱਗੇ ਦੇ ਮਜ਼ਦੂਰਾਂ ਲਈ ਸ਼ਮ ਮੈਕਮੇ ਅਸੇਲਾ ਚਿਲਾਈਗੇ ਦੀ ਕਲਿਆਣਕਾਰੀ ਸਕੀਮ ਤਾਇਤ 5,65,000 ਰੁਪਏ ਦੀ ਰਕਮ ਸਿੱਧੇ ਲਾਭਾਰਥੀਆਂ ਦੇ ਬੈਂਕ ਖਾਤੇ ਵਿੱਚ ਪਾਈ ਦਿੱਤੀ ਹੈ। ਧਿਆਨ ਦੇਣ ਯੋਗ ਗੱਲ ਇਹ ਹੈ ਜੇ ਕੋਵਿਡ-19 ਰਾਹਤ ਤਾਇਤ ਮਾਰਚ ਤੇ ਅਪ੍ਰੈਲ ਮਹੀਨੇ ਲਈ 5,80,000 ਤੇ 565000 ਰੁਪਏ ਦੀਆਂ ਰਾਹਤ ਕਿਸ਼ਤਾਂ ਲਾਭਾਰਥੀ ਦੇ ਖਾਤੇ 'ਚ ਅਗੰਗੇ ਸਿੱਧੇ ਤੌਰ 'ਤੇ منتقل ਕਰ ਦਿੱਤੀਆਂ ਨਾ ਤਾਂ ਜੋ ਮੁਸ਼ਕਲ 'ਚ ਫਸੇ ਦੇ ਮਜ਼ਦੂਰ ਤੇ ਆਰਥਿਕ ਤੌਰ 'ਤੇ ਕਮਜ਼ੋਰ ਤਬਕਿਆਂ ਦੇ ਲੋਕ ਜਿੰਦੀ ਰੋਜੀ ਰੋਟੀ 'ਤੇ ਮਾੜਾ ਅਸਰ ਪੈਦਾ ਹੈ ਉਹ ਰਾਸ਼ਨ ਤੇ ਹੋਰ ਦੂਈਆਂ ਜ਼ਰੂਰੀ ਚੀਜ਼ਾਂ ਦੀ ਖਰੀਦਾਰੀ ਕਰ ਸਕਣ ਲਾਕਡਾਊਨ ਦੇ ਚੌਥੇ ਮرحله 'ਚ ਕਿਸ਼ਨਰਮੀ ਉਹਨੇ ਕਾਰਨ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਰੁਕੇ ਪਏ ਦੇ ਕੰਮ ਇੱਕ ਵਾਰੀ ਪਰਤੀਏ ਸ਼ੁਰੂ ਹੋਈ ਗਿਣ ਜੰਮੂ ਪੰਚਾਇਤ ਦੇ ਗਵਾਦੇ ਚੱਕ ਗ੍ਰਾਂਦੇ ਲੋਕਾਂ ਦੀ ਇਸ ਕਿਮਤ ਹੈ ਤੇ مالی ਮਦਦ ਦੀ ਦੂਈ ਕਿਸ਼ਤ ਹੋਈ ਗਈ ਹੈ ਤੇ ਇਨੇ ਲੋਕੇ ਆਪਣੇ ਘਰੇ ਦੇ ਰੁਕੇ ਪਏ ਦੇ ਕੰਮ ਪਰਤੀਏ ਸ਼ੁਰੂ ਕਰ ਦਿੱਤੇ ਨੇ ਇਸ ਮੌਕੇ ਉਪਰ ਉਹਨੇ ਇਹ ਮਦਦ ਦੇਣੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਾ ਧੰਨਵਾਦ ਕੀਤਾ ਹੈ ਡੋੜਾ ਜ਼ਿਲ੍ਹੇ ਦੇ ਸ਼ਰੋਗਰਾਂ ਦੇ ਕੋਈ 200 ਪਰਿਵਾਰ ਰੋਜੀ ਰੋਟੀ ਲਈ ਪੂਰੀ ਚਾਲੀ ਰਾਈ ਬਾਈ ਉਪਰਕੇ ਟੇਕੇ ਦੇਨ ਤੇ ਬਰਖਾ ਨਹੀਂ ਹੋਣੇ ਤੇ ਸੋਕੇ ਦੀ ਸੂਰਜ ਉਹਨੇ ਉਥੋਂ ਦਾ ਕੁਤੇ ਹੋਰ ਚਲੀ ਜਾਣੇ ਦਾ ਮਨ ਬਣਾਈ ਲੇਦਾ ਹ ਪਰ ਇਸ ਮੌਕੇ ਪਰ ਸਰਕਾਰ ਉੰਦੀ ਮਦਦ ਲਈ ਅੱਗੇ ਆਈ ਤੇ ਇਸ ਗ੍ਰਾਂ ਤੋਂੜ ਇੱਕ ਨਹਿਰ ਕੱਢਣ ਦਾ ਕੰਮ ਸ਼ੁਰੂ ਕਰਨੇ ਦਾ ਫੈਸਲਾ ਕੀਤਾ ਤਾਂ ਜੀ ਲੋਕਾਂ ਕੀ ਰਾਈ ਬਾਈ ਲਈ ਪਾਣੀ ਧੋਈ ਸਕਿਆ ਨਹਿਰ ਦਾ ਕੰਮ ਮਨਰੇਗਾ ਤੈ ਸ਼ੁਰੂ ਉਹਨੇ ਕਰਨੇ ਉਹ ਨਾ ਛੜਾ ਇਲਾਕੇ ਚ ਪਾਣੀ ਦੀ ਸਹੂਲਤ ਹੋਈ ਜਾਗ ਸਗਵਾ ਲੋਕਾਂ ਕੀ ਤਿਆਰੀਆਂ ਦੇ ਕੰਮ ਰਾਂਹ ਰੋਜ਼ਗਾਰ ਵੀ ਅਸਲ ਵਰਦਾਇਆ ਹੈ ਇਲਾਕੇ ਦੇ ਲੋਕਾਂ ਇਹਦੇ ਲਈ ਸਰਕਾਰ ਦੀ ਅਸੀਂ ਕੀਤੀ ਹੈ ਭਾਰਤ ਦੇ ਦੁਨੀਆ ਦੇ ਮਹਾਨ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਦਾ ਅੱਜ ਬੜਲੇ ਚੰਡੀਗੜ੍ਹ ਦੇ ਇੱਕ ਹਸਪਤਾਲ ਚ ਕਾਲ ਹੋ ਗਿਆ ਉਹ 96 ਵਰੇ ਦੇ ਹੈ ਤੇ ਪਿਛਲੇ ਕੇਸ਼ ਹਫਤੇ ਸ਼ਾ ਕਸਰੀ ਹੈ ਕੁਸਾ ਵੀ 올림픽 ਖੇਡ ਦੇ ਫਾਈਨਲ ਚ ਇਕਲੇ ਸਾਰੇ ਸ਼ਮਤੇ ਗੋਲ ਕਰਨ ਦਾ ਉੰਦਾ ਵਿਸ਼ਵ ਰਿਕਾਰਡ ਇੰਨੇ ਸਮੇਂ ਮਗਰ ਅਜੇ ਤੋੜੀ ਬਣਦਾ ਹੈ 1959 ਚ 올림픽 ਖੇਡ ਦੇ ਨੀਦਰਲੈਂਡਸ ਖਿਲਾਫ ਭਾਰਤ ਦੀ 6-1 ਦੀ ਜਿੱਤ ਚ ਉਹਨੇ ਇਕਲੇ ਗਏ 5 ਗੋਲ ਕਰ ਦਿੱਤੇ ਹੈ ਇਹਦੇ ਕੰਨੇ ਕਾ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੁੰਦਾ ਹੈ।